ਲੈ ਵੀ ਸੱਜਣੋ, ਅੱਜ ਤੁਹਾਨੂੰ ਇੱਕ ਕੰਮ ਵਿਖਾਉਣਾ ਅਤੇ ਕੰਮ ਹੈ ਹਾੜੀ ਦੇ ਸੀਜ਼ਨ ਦਾ ਸਭ ਤੋਂ ਔਖਾ ਕੰਮ। ਸਭ ਤੋਂ ਔਖਾ ਕੰਮ ਆ ਅੰਦਰ ਤੂੜੀ ਪਾਉਣਾ। ਆਪਣੇ ਭਰਾ ਆਪਣੇ ਪਿੰਡ ਦੇ ਮੁੰਡੇ ਆ, ਤੂੜੀ ਅੰਦਰ ਪਾਉਣ ਆਏ ਆ ਅਤੇ ਸਲਾਮ ਆ ਯਾਰ ਇਹਨਾਂ ਦੀ ਮਿਹਨਤ ਨੂੰ। ਇੰਨਾ ਔਖਾ ਕੰਮ ਆ, ਗਰਮੀ ਆ, ਰੇਤਾ ਉੱਡਦਾ ਅਤੇ ਬਹੁਤ ਵਿਚਾਰਿਆਂ ਦਾ ਮਿਹਨਤ ਵਾਲਾ ਕੰਮ ਹੈ ਇਹ। ਇਹਨਾਂ ਦੀ ਸ਼ਿਕਾਇਤ ਆ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਇਹਨਾਂ ਦਾ ਸਹੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਆਓ ਆਪਾਂ ਇਹਨਾਂ ਦੇ ਵਿਚਾਰ ਸੁਣਦੇ ਹਾਂ। ਹਾਂ ਬਈ, ਦੱਸ ਕੀ ਵਿਚਾਰ ਪੇਸ਼ ਕਰਨੇ ਆ? ਵਿਚਾਰ ਕਾਹਦੇ ਪੇਸ਼ ਕਰਨੇ ਆ ਭਰਾਵਾ, ਗਰੀਬਾਂ ਦਾ ਟਾਈਮ ਪਾਸ ਆ। ਹੁਣ ਤੂੜੀ ਤਾਂ ਜੱਟਾਂ ਦੀ ਪੂਰੀ ਨਹੀਂ ਹੁੰਦੀ ਗੀ, ਤੇ ਸਾਨੂੰ ਕਿਸੇ ਨੇ ਕੀ ਦੇਣਾ? ਦਿੰਦੇ ਆ ਤਾਂ 5,000 ਮੰਗਦੇ ਆ ਟਰਾਲੀ ਦਾ, ਤੇ ਅਸੀਂ ਪਾਈ ਜਾਂਦੇ ਆ। ਸਾਨੂੰ ਕੋਈ 350 ਨਹੀਂ ਦਿੰਦਾ, 250 ਤੇ ਪਵਾਈ ਜਾਂਦੇ ਆ ਲੇਬਰ ਦਾ। ਹਾਂ, ਕਿੰਨੇ ਮਿਲਣੇ ਚਾਹੀਦੇ ਆ? ਕੋਈ 350-400 ਟਰਾਲੀ ਦਾ ਤਾਂ ਹੋਵੇ, ਚੱਲ 350 ਹੀ ਦੇ ਦੇਣੇ ਯਾਰ। ਇੰਨੀ ਮਹਿੰਗੀ ਉਹਨਾਂ ਦੀ ਆ, ਕੋਈ ਅਸੀਂ ਵੀ 4 ਦਿਨ ਲਾ ਕੇ ਕੋਈ ਪਸ਼ੂਆਂ ਵਾਸਤੇ ਟਰਾਲੀ ਲੈ ਲਾਂਗੇ। ਆਹ ਤੁਸੀਂ ਵੀ 10-12 ਜਾਣੇ ਆ, ਕੋਈ ਅਕਸਰ 50-50 ਹੁਣ ਤਾਂ ਸਹੀ ਇਸ ਗੱਲ ਦੀ ਗੱਲ ਕਰਦੇ ਆ। ਪਰ ਚਲੋ ਠੀਕ ਆ, ਠੀਕ ਆ ਜਿਹੜਾ ਚੱਲੀ ਜਾਂਦਾ। ਹਾਂ, ਜਿਵੇਂ ਚੱਲੀ ਜਾਂਦਾ ਬਈ। ਕਿੰਨੀਆਂ ਟਰਾਲੀਆਂ ਪਾ ਦਿੰਦੇ ਆ ਇੱਕ ਦਿਨ 'ਚ? ਟਰਾਲੀਆਂ ਤਾਂ ਪੈ ਹੀ ਜਾਂਦੀਆਂ, 15 ਤੋਂ ਵੀ ਘੱਟ ਹੀ ਪੈ ਜਾਂਦੀਆਂ। ਮੋਬਾਈਲ ਤਾਂ ਮੇਰੇ ਕੋਲੇ ਹੈ ਨੀ, ਸਾਡੇ ਠੇਕੇਦਾਰ ਕੋਲੇ ਆ, ਤੇ 94-47-48-980। ਜੇ ਕੋਈ 400-450 ਦੇਊਗਾ ਤਾਂ ਪਾਸੇ ਪਿੰਡ 'ਚ ਜਾ ਸਕਦੇ ਆ। ਠੀਕ ਆ, ਹਾਂਜੀ। ਨਹੀਂ 300 ਤਾਂ ਫਿਰ ਇੱਥੇ ਵੀ ਪਾਈ ਜਾਂਦੇ ਆ, 300-250 ਤੇ ਤਾਂ ਇੱਥੇ ਹੀ ਪਈ ਜਾਂਦੀ ਆ, ਚੱਲ ਚੱਲੀ ਜਾਂਦਾ ਕੰਮ ਸਾਡਾ ਫਿਰ। ਠੀਕ, ਔਖੇ ਸੌਖੇ ਦਿਹਾੜੀ ਬਣਾ ਲੈਂਦੇ ਭਰਾਵਾ। ਥੋੜ੍ਹਾ ਜਿਹਾ ਬਾਬਾ ਸਾਡਾ ਉਹ ਕਰ ਦੂਗਾ, ਤੁਹਾਡੇ ਉਹ ਗੱਲ ਦੱਸੋ। ਸਿੱਧੇ ਹੋ ਕੇ ਨਹੀਂ ਲੱਤੜੀ ਦੀ ਛੱਤ ਨਾਲ ਸਿਰ ਲੱਗਦੇ ਹੈ ਨਾ ਬਾਈ, ਸਿੱਧੇ ਹੋ ਕੇ ਨਹੀਂ ਲੱਤੜੀ ਦੀ, ਇਹ ਤਾਂ ਨਾ ਪੁੱਛਣਾ। ਬਹੁਤ ਯਾਰ ਔਖਾ ਕੰਮ ਆ, ਰੀਣ ਹੀ ਕਿੰਨੀ ਉੱਡੀ ਜਾਂਦੀ ਆ। ਲੈ ਵੀ ਗੱਲ ਮੈਨੂੰ ਇਹਨਾਂ ਦੀ ਵੀ ਜਾਇਜ਼ ਲੱਗੀ, ਸਹੀ ਆਪਦੇ ਥਾਂ 'ਤੇ ਵੀ, ਕਿਉਂਕਿ ਕੰਮ ਬੜਾ ਸਖਤ ਮਿਹਨਤ ਵਾਲਾ। ਆਏ ਸਾਲ ਮਹਿੰਗਾਈ ਵਧੀ ਜਾਂਦੀ ਹੈ, ਫਸਲਾਂ ਦੇ ਰੇਟ ਵੱਧ ਗਏ, ਦਾਣੇ ਦੇ ਵੱਧ ਗਏ, ਤੂੜੀ ਦੇ ਵੱਧ ਗਏ, ਪਰ ਮਿਹਨਤ ਦਾ ਰੇਟ ਓਨਾ ਹੀ ਹੈ। ਗਰੀਬ ਦੀ ਦਿਹਾੜੀ ਅੱਜ ਵੀ ਵਿਚਾਰੇ ਦੀ ਓਨੀ ਹੈ। ਖੈਰ ਚਲੋ, ਇਹ ਆਪਣੇ ਵੱਸ ਨਹੀਂ, ਪਰ ਇੰਨਾ ਜ਼ਰੂਰ ਕਰਿਆ ਕਰੋ ਕਿ ਕੰਮ ਕਰਾ ਕੇ ਪੈਸੇ ਨਗਦ ਦੇ ਦਿਆ ਕਰੋ। ਇਹਨਾਂ ਨੇ ਉਹ ਹੀ ਕਰਨਾ, ਉਹ ਹੀ ਖਾਣਾ, ਪਰ ਕਈ ਭਰਾਵਾਂ ਦੀ ਪਤਾ ਨਹੀਂ ਮਜਬੂਰੀ ਆ ਕਿ ਆਦਤ ਹੀ ਹੈ, ਕੰਮ ਅੱਜ ਕਰਾ ਲਿਆ ਅਤੇ ਪੈਸਿਆਂ ਵਾਸਤੇ ਗੇੜੇ ਮਰਾਈ ਜਾਂਦੇ ਆ, ਮਹੀਨਾ ਮਹੀਨਾ ਉੱਤੋਂ ਦੀ ਟਪਾ ਦਿੰਦੇ ਆ, ਅਤੇ ਜਾਂ ਫਿਰ ਫੋਨ ਹੀ ਨਹੀਂ ਚੱਕਦੇ। ਸੋ ਚੜ੍ਹਦੀ ਕਲਾ 'ਚ ਰਹੋ, ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ। ਮਿਹਨਤੀਆਂ ਦੀ ਮਿਹਨਤ ਨੂੰ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।